ਸਾਹਿਬ। ਮੈਂ ਸੰਦੀਪ ਕੌਰ, ਪਤਨੀ ਸਰਦਾਰ ਗੁਰਜੀਤ ਸਿੰਘ ਧਾਂਦਰਾ, ਅਪੀਲ ਕਰਦੀ ਹਾਂ ਕਿ ਆਉਣ ਵਾਲੀ 19 ਤਰੀਕ ਨੂੰ ਹੱਥ ਪੰਜੇ 'ਤੇ ਮੂਹਰਾਂ ਲਾ ਕੇ ਸਾਨੂੰ ਵੱਧ ਤੋਂ ਵੱਧ ਕਾਮਯਾਬ ਬਣਾਓ। ਧਾਂਦਰਾ ਜ਼ੋਨ ਦੇ ਵਿੱਚ ਆਉਣ ਵਾਲੇ ਪਿੰਡ ਮਹਿਮੂਦਪੁਰਾ, ਧਾਂਦਰਾ, ਦੇਵਨਗਰ, ਰੂਪਨਗਰ ਵਿੱਚ ਜੋ ਵੀ ਵਿਕਾਸ ਕਾਰਜ ਰੁਕੇ ਹੋਏ ਹਨ, ਮੈਂ ਉਹਨਾਂ ਨੂੰ ਪਹਿਲ ਦੇ ਆਧਾਰ 'ਤੇ ਕਰਵਾਵਾਂਗੀ। ਮੈਂ ਵਿਸ਼ਵਾਸ ਦਿਵਾਉਂਦੀ ਹਾਂ ਕਿ ਮੈਂ ਬਿਨਾਂ ਕਿਸੇ ਭੇਦਭਾਵ ਦੇ ਹਰ ਇੱਕ ਦਾ ਕੰਮ ਪਹਿਲ ਦੇ ਆਧਾਰ 'ਤੇ ਕਰਵਾਵਾਂਗੀ। ਮੈਂ ਫਿਰ ਇੱਕ ਵਾਰ ਅਪੀਲ ਕਰਦੀ ਹਾਂ ਕਿ ਆਉਣ ਵਾਲੀ 19 ਤਰੀਕ ਨੂੰ ਹੱਥ ਪੰਜੇ 'ਤੇ ਮੂਹਰਾਂ ਲਾ ਕੇ ਸਾਨੂੰ ਕਾਮਯਾਬ ਬਣਾਓ। ਧਾਂਦਰਾ ਤੋਂ ਸਾਡੀ ਛੋਟੀ ਭੈਣ ਮਿਸਿਸ ਸੰਦੀਪ ਕੌਰ ਚੋਣ ਲੜ ਰਹੀ ਹੈ। ਮੈਂ ਸਾਰੇ ਵੋਟਰਾਂ ਨੂੰ ਅਪੀਲ ਕਰਦਾ ਕਿ ਕਾਂਗਰਸ ਦੇ ਇਸ ਕੈਂਡੀਡੇਟ ਨੂੰ, ਜਿਹੜੇ ਕਿ ਬਹੁਤ ਹੀ ਪੜ੍ਹੇ ਲਿਖੇ ਅਤੇ ਸੁਘੜ ਸਿਆਣੇ ਕੈਂਡੀਡੇਟ ਨੇ, ਇਹਨਾਂ ਨੂੰ ਆਪਣਾ ਬਹੁਤ ਹੀ ਕੀਮਤੀ ਵੋਟ ਪਾ ਕੇ ਜਿਤਾਓ ਅਤੇ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਨਾਮ ਆ ਪੰਜਾਬ ਵਿੱਚ, ਹਿੰਦੁਸਤਾਨ 'ਚ, ਉਹਨੂੰ ਚਮਕਾਓ।